ਹੁਸੈਨ ਦੋਵੇਂ ਅਲੀ ਜੋ ਸਹਾਰਾ ਕਾਏ ਤੇਰੇ ਨਾਲ ਰੱਬ ਦੇ ਨਾਲ ਵਾਦਾ ਮੇਰਾ ਖਿਆਲ ਕਿਸੇ ਦਾ ਤੁਸੀਂ ਪਹਿਲਾਂ ਸੁਣਿਆ ਹੋਏਗਾ ਇਹਦੀ ਮੈਂ ਟੈਂਪੋ ਟਿਊਨ ਹਰ ਚੀਜ਼ ਚੇਂਜ ਕਰਕੇ ਹੁਣ ਲਫ਼ਜ਼ ਸੁਣਦੇ ਹੋ ਤੁਸੀਂ ਕਿ ਗੱਲ ਪੱਲੇ ਕਿਹੜੀ ਬੱਲੀ ਬੇਟਾ ਇਹਨੂੰ ਸ਼ਾਰਕ ਕਰ ਥੋੜ੍ਹਾ ਅਤੇ ਥੋੜ੍ਹਾ ਚੁੱਕਦੇ ਪਾਵੇ ਮੈਂ ਅੱਗੇ ਵੀ ਬਣਨ ਜਾ ਮੰਨ ਲਈ ਮਾਂ ਬਾਪ ਦੀ ਗੱਲ ਪੱਲੇ ਹੁਸੈਨ ਨੇ ਮੰਨ ਲਈ ਮਾਂ ਬਾਪ ਦੀ ਗੱਲ ਪੱਲੇ ਹੁਸੈਨ ਨੇ ਬੱਲੇ ਬੱਲੇ ਕਿਵੇਂ ਹੋ ਉਹ ਸਾਹਿਬ ਨੂੰ ਕਰਨਾ ਕੀ ਪਿਆ ਨਾਨੇ ਦੀ ਬੱਲੇ ਬੱਲੇ ਇਹ ਫਜ਼ਾਇਲ ਹੈ ਮੁਸਾਹਿਬ ਦੀ ਜ਼ਮਾਨ ਸਾਹਿਬ ਬੱਲੇ ਬੱਲੇ ਹੋਈ ਨਹੀਂ ਕਿਤੇ ਕੋਈ ਵੀ ਸਾਡੀ ਸ਼ਾਹੀ ਕਰ ਬਣਦਾ ਪਾਸ ਰੱਖਿਆ ਜਿਹਨੇ ਮਾਂ ਬਾਪ ਦੀ ਗੱਲ ਦਾ ਪਾਸ ਰੱਖਿਆ ਬਾਪ ਦੀ ਗੱਲ ਦਾ ਜੇ ਕਿਸੇ ਖਰੀਦੀਆਂ ਰਜ਼ਾਵਾਂ ਰੱਬ ਦੀਆਂ ਖਰੀਦੀਆਂ ਰਜ਼ਾਵਾਂ ਰੱਬ ਦੀਆਂ ਤੀਰਾਂ ਤਲਵਾਰਾਂ ਦੇ ਜਾ ਕੇ ਤੀਰਾਂ ਤਲਵਾਰਾਂ ਦੇ ਜਾ ਕੇ ਪੱਲੇ ਹੁਸੈਨ ਦੇ ਤੀਰਾਂ ਤਲਵਾਰਾਂ ਦੇ ਜਾ ਕੇ ਪੱਲੇ ਹੁਸੈਨ ਬੱਲੇ ਬੱਲੇ ਹੁਸੈਨ ਨੇ
ਨਾਨੇ ਦੀ ਜੱਗ ਤੇ ਕਰਾਈ ਬੱਲੇ ਬੱਲੇ ਹੁਸੈਨ ਨੇ ਹੁਣ ਬੱਲੇ ਬੱਲੇ ਕਵਾਉਣ ਵਾਸਤੇ ਹੁਸੈਨ ਨੇ ਕਰਨਾ ਕੀ ਪਿਆ ਬਾਬਾ ਜੀ ਦਸ ਮੁਹੱਰਮ ਤੇ ਮਾਲਕ ਕਾਇਨਾਤ ਨੇ ਦਸ ਮੁਹੱਰਮ ਨੂੰ ਪੂਰੇ 2:30 ਵਜੇ ਦੁਨਿਆਵੀ ਟਾਈਮ ਤੇ ਸਾਰੇ ਨਬੀ ਇਕੱਠੇ ਕੀਤੇ 1 ਲੱਖ 24 ਹਜ਼ਾਰ ਬਲਕੇ ਹਜ਼ੂਰ ਪਾਕ ਵਿੱਚ ਉੱਥੇ ਇਕੱਠੇ ਸਨ ਇਕੱਠੇ ਕਰਕੇ ਰਿਸ਼ਤਾਮ ਨੂੰ ਵੀ ਬੁਲਾਇਆ ਕਿ ਤੇਰਾ ਬੜਾ ਨਾਂ ਬੜੀ ਮਸ਼ਹੂਰੀਅਤ ਤੂੰ ਇਨਸਾਨ ਨੂੰ ਪੈਰਾਂ ਤੋਂ ਕੱਢ ਦੇ ਉਹ ਮੇਰਾ ਬੰਦਾ ਖਲੋਤ ਹੈ ਲਾ ਆਪਣਾ ਜ਼ੋਰ ਅਤੇ ਸ਼ੈਤਾਨ ਕਹਿਣ ਲੱਗਾ ਕਿ ਤੂੰ ਮਾਲਕ ਹੈ ਸਭ ਦਾ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਸੂਰਜ ਨੂੰ ਪਾਣੀ ਨੂੰ ਅੱਗ ਨੂੰ ਕਹੋ ਕਿ ਥੋੜ੍ਹਾ ਜਿਹਾ ਮੇਰਾ ਮਨੋ ਕਹਿਣਾ ਥੋੜ੍ਹਾ ਇਖਤਿਆਰ ਮਿਲੂ ਮਾਲਕ ਫਰਮਾਇਆ ਕਿ ਲਾ ਜ਼ੋਰ ਆਪਣਾ ਸੂਰਜ ਨੂੰ ਕਹੋ ਜਿੰਨੀ ਗਰਮੀ ਪਾ ਸਕਦਾ ਪਾਏ ਹਰ ਚੀਜ਼ ਨੂੰ ਆਪਣਾ ਜ਼ੋਰ ਲਾਇਆ ਅਤੇ ਮਾਲਕ ਨੇ ਫਰਮਾਇਆ ਉਹ ਮੇਰਾ ਬੰਦਾ ਹੈ ਉਹਦੇ ਪੈਰ ਡੋਲ ਜਾਣ ਅਤੇ ਮੈਂ ਤੁਹਾਡਾ ਜ਼ਿੰਮੇਦਾਰ ਮੇਰਾ ਹੁਸੈਨ ਹੈ ਅਤੇ ਜਦੋਂ ਸਾਰਿਆਂ ਵੇਖਿਆ ਸਾਰੇ ਨਬੀਆਂ ਜਨਾਬ ਇਬਰਾਹੀਮ ਅਤੇ ਸਾਰੇ ਮੁਤਫਿਕਾ ਹੋ ਕੇ ਜਵਾਬ ਦਿੱਤਾ ਫਿਰ ਰੱਬ ਨੂੰ ਸ਼ੇਰ ਕਾਬਲ ਗੌਰ ਦਸਵੀਂ ਦੇ ਦਿਨ ਕੋਲ ਸਭ ਲੈ ਸਭ ਨਬੀ ਰੱਬ ਦੇ ਸੱਚ ਦੇ ਵਿੱਚ ਤੌਹੀਦ ਬਚਦੀ ਵੇਖੀ ਜਦ ਸਭ ਨੇ ਸੱਚ ਦੇ ਵਿੱਚ ਤੌਹੀਦ ਬਚਦੀ ਵੇਖੀ ਜਦ ਸਭ ਨੇ ਇੱਕ ਜ਼ੁਬਾਨ ਹੋ ਕੇ ਬੋਲੇ ਸਾਰੇ ਅੰਬੀਆ ਇੱਕ ਜ਼ੁਬਾਨ ਹੋ ਕੇ ਬੋਲੇ ਸਾਰੇ ਅੰਬੀਆ ਕੀ ਲੱਜ ਸਵਾ ਲੱਖ ਦੀ ਬਚਾ ਲਈ ਲੱਜ ਸਵਾ ਲੱਖ ਦੀ ਬਚਾ ਲਈ ਕੱਲੇ ਹੁਸੈਨ ਗੱਲ ਬੱਲੇ ਹੁਸੈਨ ਫਿਰ ਇੱਕ ਟਾਈਮ ਆਇਆ ਅਸ਼ੂਰ ਦੀ ਰਾਤ ਮੌਲਾ ਹੁਸੈਨ ਨੇ ਆਪਣੇ ਸਾਰੇ ਸਾਥੀਆਂ ਨੂੰ ਇਕੱਠਿਆਂ ਕੀਤਾ ਇਕੱਠਿਆਂ ਕਰਕੇ ਕਹਿੰਦੇ ਕਿ ਬਈ ਮੇਰਾ ਅਤੇ ਮੇਰੇ ਖਾਨਦਾਨ ਦਾ ਸੁਬਹ ਇਮਤਿਹਾਨ ਸ਼ੁਰੂ ਹੋ ਰਿਹਾ ਜਿਹੜਾ ਸਿੱਧਾ ਮੌਤ ਵੱਲ ਜਾ ਰਿਹਾ ਅਤੇ ਤੁਸੀਂ ਜਾਣਾ ਚਾਹੋ ਅਤੇ ਵਾਪਸ ਜਾ ਸਕਦੇ ਹੋ ਬਲਕਿ ਅਗਰ ਤੁਸੀਂ ਜਾਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ ਹੋ ਮੈਂ ਦੀਵਾ ਬੁਝਾ ਦਿਆਂ ਤੁਸੀਂ ਚਲੇ ਚਲੇ ਮੌਲਾ ਹੁਸੈਨ ਨੇ ਦੀਵਾ ਬੁਝਾਇਆ ਬੁਝਾ ਕੇ ਪਾ ਲਿਆ ਅਤੇ ਇੱਕ ਵੀ ਸਾਥੀ ਕਰਕ ਨਹੀਂ ਵਰਜ਼ਾ ਸਾਰੇ ਸਾਥੀ ਪੂਰੇ ਨੇ ਬਲਕਿ 80-80 ਸਾਲਾਂ ਜਿਹੜੇ ਉਹ ਆਪਣੀਆਂ ਕਮਰਾਂ ਬੰਨ੍ਹ ਕੇ ਅਤੇ ਜਵਾਨ ਬਣ ਕੇ ਸਾਹਮਣੇ ਆਏ ਨੇ ਜਿਹੜੇ ਰਹੇ ਨੇ ਨਸੇ ਨੇ ਉਹਨਾਂ ਦਾ ਬਣਿਆ ਕੀ ਰੁਤਬਾ ਕੀ ਮਿਲਿਆ ਉਹਨਾਂ ਨੂੰ ਦੱਸਦਾ ਪਾਕ ਕੁਰਾਨ ਰੁਤਬਾ ਕੀ ਮਿਲਿਆ ਉਹਨਾਂ ਨੂੰ ਦੱਸਦਾ ਪਾਕ ਕੁਰਾਨ ਹੋ ਗਏ ਕਰਬਲ ਚ ਰਾਹੀ ਹੱਕ ਤੋਂ ਜੋ ਕੁਰਬਾਨ ਹੋ ਗਏ ਕਰਬਲ ਚ ਹੱਕ ਤੋਂ ਜੋ ਕੁਰਬਾਨ ਅਸ਼ਰ ਦੇ ਦਿਹਾੜ ਤਾਈਂ ਜਿਉਂਦੇ ਰਹਿਣਗੇ ਅਸ਼ਰ ਦੇ ਦਿਹਾੜ ਤਾਈਂ ਜਿਉਂਦੇ ਰਹਿਣਗੇ ਇੰਨਾ ਲਿੱਲਾ ਪੜ੍ਹ ਕੇ ਜਿਹੜੇ ਇੰਨਾ ਲਿੱਲਾ ਪੜ੍ਹ ਕੇ ਜਿਹੜੇ ਕੱਲੇ ਹੁਸੈਨ ਇੰਨਾ ਲਿੱਲਾ ਪੜ੍ਹ ਕੇ ਜਿਹੜੇ ਕੱਲੇ ਹੁਸੈਨ ਹੋ ਗਏ ਕਰਬਲ ਚ ਰਾਹੀ ਹੱਕ ਤੋਂ ਜੋ ਕੁਰਬਾਨ
ਤੇਰੇ ਦਿਹਾੜੇ ਤਾਈ ਛੂਦ ਰਹਿਣਗੇ ਇੰਨਾ ਲੀਲਾ ਪੜ ਕੇ ਜਿਹੜੇ ਇੰਨਾ ਲੀਲਾ ਪੜ ਕੇ ਜਿਹੜੇ ਕੱਲੇ ਹੁਸੈਨ ਲਿਸਟ ਬਣੀ ਕਰਬਲਾ ਦੇ ਸ਼ਹੀਦਾਂ ਦੀ ਤਾਂ ਜਨਾਬ ਹਬੀਬ ਇਬਨ ਮੁਜ਼ਾਹਰ ਦਾ ਨਾਮ ਨਹੀਂ ਲਿਖਿਆ ਤੇ ਆਪ ਕੇ ਪੁੱਛਦਾ ਮੌਲਾ ਮੇਰਾ ਨਾਂ ਕਿਉਂ ਨਹੀਂ ਲਿਖਿਆ ਮੌਲਾ ਫਰਮਾਉਂਦੇ ਤੂੰ ਜ਼ਈਫ ਇਸ ਲਈ ਥੋੜ੍ਹੀ ਦੇਰ ਬਾਅਦ ਚੱਕਰ ਲਾ ਕੇ ਵਾਪਸ ਆਇਆ ਤੇ ਫੱਟੀਆਂ ਬੰਨ ਕੇ ਕਮਰ ਤੇ ਕਮਰ ਉੱਚੀ ਕਰਕੇ ਤੇ ਮੌਲਾ ਹੁਣ ਦੇਖੂਗਾ ਮੈਂ ਜ਼ਈਫ ਲੱਗ ਰਿਹਾ ਤਾਂ ਤੁਹਾਡੇ ਕੋਲ ਸਾਰੇ ਜਵਾਨ ਮੇਰੇ ਜਿੰਨਾ ਜਵਾਨ ਹੈ ਲਾਲ ਛੇ ਮਾਦਾ ਗੱਭਰੂ ਸੇਰਿਆਂ ਵਾਲਾ ਲਾਲ ਛੇ ਮਾਦਾ ਗੱਭਰੂ ਬੱਤੀਆਂ ਸਾਲਾਂ ਦਾ ਤੇ ਕੋਈ ਹੈ ਅੱਸੀ ਸਾਲਾਂ ਇੱਕ ਮਿਜ਼ਾਜ ਸਾਰਿਆਂ ਦਾ ਇੱਕ ਇਰਾਦਾ ਇੱਕ ਮਿਜ਼ਾਜ ਇਹੋ ਜੇ ਚੁਣ ਚੁਣ ਕੇ ਸਾਥੀ ਇਹੋ ਜੇ ਚੁਣ ਚੁਣ ਕੇ ਸਾਥੀ ਮੁੱਲੇ ਹੁਸੈਨ ਇਹੋ ਜੇ ਚੁਣ ਚੁਣ ਕੇ ਸਾਥੀ ਮੁੱਲੇ ਹੁਸੈਨ ਜੀ ਬਦਲੇ ਮਾਂ ਬਾਪ ਜੀ ਮੁੱਲੇ ਹੁਸੈਨ ਜੀ ਛੇ ਮਾਦਾ ਗੱਭਰੂ ਸੇਰਿਆਂ ਵਾਲਾ ਬੱਤੀਆਂ ਸਾਲਾਂ ਦਾ ਤੇ ਕੋਈ ਐਸੀ ਸਾਰਿਆਂ ਦਾ ਇੱਕ ਇਰਾਦਾ ਇੱਕ ਮਿਜ਼ਾਜ ਇਹੋ ਜੇ ਚੁਣ ਚੁਣ ਕੇ ਸਾਥੀ ਇਹੋ ਜੇ ਚੁਣ ਚੁਣ ਕੇ ਸਾਥੀ ਮੁੱਲੇ ਹੁਸੈਨ ਇਹੋ ਜੇ ਚੁਣ ਚੁਣ ਕੇ ਸਾਥੀ ਮੁੱਲੇ ਹੁਸੈਨ।